ਲੁਧਿਆਣਾ ਦੇ SBS ਨਗਰ ਖੇਤਰ ਵਿੱਚ ਪੈਂਦੇ ਠੇਕੇ ਦੇ ਅਹਾਤੇ ਵਿੱਚ ਗੋਲੀ ਚੱਲਣ ਨਾਲ ਮੋਗਾ ਦੇ ਆਜ਼ਾਦ ਕੌਂਸਲਰ ਮਨਜੀਤ ਸਿੰਘ ਦੇ ਭਤੀਜੇ ਵਰਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਵਰਿੰਦਰ ਆਪਣੇ ਕੁਝ ਸਾਥੀਆਂ ਦੇ ਨਾਲ ਅਹਾਤੇ ਵਿੱਚ ਸ਼ਰਾਬ ਪੀ ਰਿਹਾ ਸੀ, ਜਿਸ ਦੌਰਾਨ ਉੱਥੇ ਬੈਠੇ ਕੁਝ ਲੋਕਾਂ ਨਾਲ ਬਹਿਸ ਅਤੇ ਬਾਅਦ ਵਿੱਚ ਹੱਥੋਂ ਪਾਈ ਹੋ ਗਈ। ਪੁਲਿਸ ਅਨੁਸਾਰ ਵਰਿੰਦਰ ਨੇ ਜਦੋਂ ਆਪਣਾ ਪਿਸਟਲ ਕੱਢਿਆ ਤਾਂ ਅਚਾਨਕ ਗੋਲੀ ਚੱਲ ਗਈ, ਜੋ ਉਸਦੇ ਮੂੰਹ ਤੇ ਲੱਗਣ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ CCTV ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ SBS ਨਗਰ 200 ਫੁੱਟ ਰੋਡ ਤੇ ਬਣੇ ਠੇਕੇ ਦੇ ਅਹਾਤੇ ਵਿੱਚ ਮੋਗਾ ਦੇ ਕੁਝ ਨੌਜਵਾਨਾਂ ਦੇ ਖਾਣ ਪੀਣ ਨੂੰ ਲੈ ਕੇ ਝਗੜਾ ਹੋਇਆ ਅਤੇ ਜਿਸ ਦੇ ਬਾਅਦ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚੱਲਣ ਨਾਲ ਵਰਿੰਦਰ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਏਗਾ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਮੇਰਾ ਨਾਮ ਸ਼ਕਤੀ ਹੈ ਜੀ ਅਤੇ ਮੇਰੇ ਇਨਲੋਜ਼ ਫੈਮਿਲੀ ਦੇ ਵਿੱਚੋਂ ਹੈਗੇ ਆ। ਸਰ ਕੀ ਗੱਲਬਾਤ ਹੋਈ ਜੀ, ਇੱਥੇ ਕਿਹੜੀ ਜਗ੍ਹਾ ਹੋਈ ਹੈ, ਪੂਰਾ ਮਾਮਲਾ ਕਿੱਥੇ ਦਾ ਜੀ? ਭਾਅ ਜੀ, ਇਸ ਤਰ੍ਹਾਂ ਜੀ, ਮੁੰਡੇ ਇਹ ਕਿਸੇ ਕੋਲੋਂ ਆਏ ਸੀਗੇ ਪੇਮੈਂਟ ਵਗੈਰਾ ਲੈਣ ਲਈ, ਕਿਸੇ ਯਾਰ ਦੋਸਤ ਦੇ ਨਾਲ ਮੁੰਡਾ ਆਇਆ ਸੀ, ਇਹ ਸਾਡਾ ਜਿਹੜਾ ਬੱਚਾ ਆ, ਅਤੇ ਇਹ ਮਤਲਬ ਇਹਨਾਂ ਨੇ ਕਿਸੇ ਤੋਂ ਪੇਮੈਂਟ, ਉਹਨਾਂ ਨੇ ਕੀ ਗੱਲ ਹੋਈ ਕੀ ਨਹੀਂ, ਵਾਪਸੀ ਜਾ ਰਹੇ ਸੀਗੇ, ਵਾਪਸੀ ਜਾਂਦੇ ਇਹ ਕਿਸੇ ਉੱਥੇ ਮਤਲਬ ਡਰਿੰਕ ਸਟੋਰ 'ਤੇ ਬੈਠੇ ਸੀ ਅਤੇ ਆਪਣਾ ਇੰਜੋਏ ਕਰ ਰਹੇ ਸੀਗੇ। ਇਹਨਾਂ ਦੀ ਕਿਸੇ ਬੰਦੇ ਨਾਲ ਲੜਾਈ ਹੋਈ, ਠੀਕ ਹੈ ਜੀ, ਅਤੇ ਲੜਾਈ ਦੇ ਦੌਰਾਨ ਇਹੀ ਇਹਦੇ ਕੋਲੋਂ ਮਤਲਬ ਗਨ ਸ਼ੋਟ ਚੱਲਿਆ। ਕਿਹੜੀ ਜਗ੍ਹਾ ਦਾ ਵਾਕਿਆ ਹੈ? ਇਹ ਭਾਅ ਜੀ ਆਪਣਾ ਗ੍ਰੈਂਡ ਵਾਕ ਦੇ ਨਾਲ ਅੰਦਰ ਜਿਹੜੀ 200 ਫੁੱਟ ਰੋਡ ਜਾਂਦੀ ਆ, ਉੱਥੇ ਕਰਕੇ ਕਿਸੇ ਦਾ ਹੈਗਾ ਜੀ ਇਹ। ਮੁੰਡਾ 23-24 ਸਾਲ ਦਾ ਮੁੰਡਾ ਹੈ ਜੀ, ਅਤੇ ਹੁਣ ਇਹ ਨਹੀਂ ਪਤਾ ਜੀ ਕਿ ਉਹ ਮੁੰਡਿਆਂ ਨੇ ਇਹਨਾਂ 'ਤੇ ਗੋਲੀ ਚਲਾਈ ਆ ਜਾਂ ਇਹਦੇ ਕੋਲੋਂ ਆਪਣੇ ਕੋਲੋਂ ਚੱਲੀ ਆ, ਇਹ ਤਾਂ ਹੁਣ ਪੁਲਿਸ ਤਹਿਕੀਕਾਤ ਕਰੂਗੀ, ਫਿਰ ਪਤਾ ਲੱਗੂਗਾ। ਪੇਮੈਂਟ ਕਿਸੇ ਜਿਹੜਾ ਮੁੰਡਾ ਨਾਲ ਆਇਆ ਸੀਗਾ ਜੀ, ਉਹਨੇ ਕਿਸੇ ਕੋਲੋਂ ਲੈਣੀ ਸੀਗੀ ਜਿਹੜਾ ਮੁੰਡਾ। ਹਾਂਜੀ, ਸਾਡੇ ਬੱਚੇ ਦੀ ਤਾਂ ਡੈਥ ਹੋ ਗਈ ਜੀ, ਪੁਲਿਸ ਮੌਕੇ 'ਤੇ ਪਹੁੰਚ ਗਈ ਸੀਗੀ ਸਵੇਰੇ, ਉਹਨਾਂ ਨੇ 8:30 ਵਜੇ ਬੁਲਾਇਆ ਜੀ। ਬਾਕੀ ਦੇਖੋ ਹੁਣ ਕੀ ਕਹਿੰਦੇ ਆ ਸਵੇਰੇ, ਜੋ ਵੀ ਹੈਗਾ ਉਹਨਾਂ ਨੇ। ਇਹ 200 ਫੁੱਟਾਂ ਰੋਡ ਦੁੱਗਰੀ ਸ਼ਹੀਦ ਭਗਤ ਸਿੰਘ ਦੇ ਨੇੜੇ ਇੱਕ ਹਾਤਾ ਹੈਗਾ ਬਜਾਜ ਵਾਲੇ ਦਾ, ਉੱਥੇ ਮੋਗੇ ਦੇ ਕੁਛ ਮੁੰਡੇ ਰੱਖੜੀ ਦਾ ਤਿਆਰ ਕਰਕੇ ਉੱਥੇ ਬੈਠੇ ਸੀ, ਅੰਦਰ ਚੈੱਕ ਸ਼ੈਕ ਲਾ ਰਹੇ ਸੀ। ਦੋ ਗਰੁੱਪਾਂ ਦਾ ਆਪਸ 'ਚ ਮਾੜਾ ਤਕਰਾਰ ਹੋਇਆ, ਜਿਹਨਾਂ ਵਿੱਚ ਦੋਨੋਂ ਗਰੁੱਪ ਆਪਸ 'ਚ ਤਕਰਾਰ 'ਤੇ ਲੜਦੇ ਹੋਏ ਰੋਡ 'ਤੇ ਆ ਗਏ। ਉਹਨਾਂ ਵਿੱਚ ਇੱਕ ਮੁੰਡੇ ਨੇ ਲਾਇਸੈਂਸ ਰਿਵੋਲਵਰ ਦੇ ਕੋਲ ਸੀ, ਅਤੇ ਰਿਵੋਲਵਰ ਇੱਕ ਰਿਵੋਲਵਰ ਸੀ, ਇੱਕ ਪਿਸਟਲ ਸੀ, ਅਤੇ ਪਿਸਟਲ ਵਾਲਿਆਂ ਨੇ ਉਹਦੇ ਕੋਲ ਅਚਾਨਕ ਚੱਲ ਗਿਆ, ਜਿਹਦੇ ਮੂੰਹ 'ਤੇ ਗੋਲੀ ਲੱਗੀ ਹੈਗੀ ਆ। ਬਾਕੀ ਅਸੀਂ 174 CRP ਕਾਰਵਾਈ ਅਮਲ 'ਚ ਲਿਆ ਰਹੇ ਹਾਂ, ਫਿਰ ਵੀ ਜੇ ਕੋਈ ਨਵੀਂ ਗੱਲ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਜਿਹੜੇ ਗੋਲੀ ਲੱਗੀ ਆ ਉਹਦਾ ਨਾਮ ਵਰਿੰਦਰ ਸੀ, ਉਹ ਮੋਗੇ ਦਾ ਸੀ, ਮਿਸਤਰੀਆਂ ਦਾ ਮੁੰਡਾ ਸੀ, ਅਤੇ ਉਹਦੀ DMC ਪਹੁੰਚਦੇ ਮੌਤ ਹੋ ਗਈ। ਅਸੀਂ CCTV ਫੁੱਟ ਚੈੱਕ ਕਰ ਰਹੇ ਹਾਂ, ਕਈ CCTV ਫੁੱਟ ਦੇ ਵਿੱਚ ਅਸੀਂ ਕਬਜ਼ੇ 'ਚ ਲਵਾਂਗੇ। ਦੋਸ਼ੀਆਂ ਦੇ ਅਸੀਂ ਆਈਡੈਂਟੀਫਾਈ ਕਰਾ ਕੇ ਪਬਲਿਕ ਤੋਂ ਫੋਟੋ ਉਹਨੂੰ ਗ੍ਰਾਫਸ ਦਿਖਾਵਾਂਗੇ ਅਤੇ ਜਲਦੀ ਦੋਸ਼ੀਆਂ ਗ੍ਰਿਫਤਾਰ ਕਰਾਂਗੇ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।